वाहेगुरु साहिब जी, सतनाम श्री वाहेगुरु साहिब जी। दोहरा कुतबो बहमणी थो कैत उहां पिंड को नाम। उथे एक पिंड सी जिहदा नाम कुतबा बहमणी कहिंदे हन, हुण भी वह पिंड मौजूद है कुतबा बहमणी। हाँ जी, बहुत बहीरिए तै वड़े देसो वास्ते गाम। बीबियां अपने बच्चों नू लै के उस पिंड च वड़ियां, वहीर वाले बजुर्ग बीमार, वहीर दे बच्चे इस करके उस पिंड च वड़े कि चलो पिंड वसदा है, कोई सानू पनाह दे देणगे, लुक छिप के टाइम कट लईए। जाना बचाण दे वास्ते लोग कुतबे बामणी पिंड दा सहारा लैण लगे। चौपाई हरिया तूती पठानन केरी। वो कुतबा बामणी पिंड जिहड़ा सी वह मलेरकोटले दे पठाणा दे अधीन पैंदा सी, यानी कुतबे पिंड वाले पठाणा दे पठाणा दी रईयत सन, पठाणा दी प्रजा सन। लिए मलेरियन तैं वै केरी। मलेरकोटले वालियां ने जाके कुतबा बामणी पिंड नूं घेरा पा लिया। तिने ग्राम लोकन कह दियो। मलेरकोटले वालियां ने पिंड वालियां नूं सद के आख्या, मार लूटुण सिंगन लियो, कि तुसीं सिखां नूं पनाह ना दियो, ये सरकार दे दुश्मन हन, इस्लाम दे दुश्मन हन, ये साडे दुश्मन हन। तां साध संगत जी पिंड वाले उल्टा सिखां नूं जल पानी दा की शिकाणा सी, घरां विच ही मारन लग पए। बजाए ढोल फिर बाहर तै। फिर पिंड वाले सारे हथियार लै के ढोल बजा के सिखां नाल लड़न लई बाहर भी निकल आए। गैल बहीरे ते भी पै। वह भी वहीर दे मगर पै गए, किते दा वहीर वाले उन्हां दा सहारा तक के उन्हां कोल गए सन भी इह पेंडू लोग हन, पंजाबी लोग हन, अबदाली नाल साडी लड़ाई है। जिहड़ा पठान चढ़ के बाहरले मुल्क तों आया अफगानिस्तान तों, ते इह भरा साडे शायद सानू पनाह दे देणगे, कोई तरस करनगे। बीबियां ते बच्चे लचारी दे विच बेवसी दे विच उहनां दा सहारा तक के कुतबा बामणियां पिंड च वड़े सन, पर अबदाली दे जरनैलां ने साध संगत अबदाली दीआं फौजां दा इन्ना प्रभाव सी, मलेरकोटले वालिआं दा इन्ना प्रभाव सी कि पिंड वाले भी अबदाली दी फौज नाल रल के सिखां नूं मारन लगे। तो बहीर पयो हाहाकार। उस वेले वह कुतबा बामणियां पिंड दे विच जिहड़े लोग फसे, जिहड़े उन्हां लोकां दे हत्थों मारे गए, उन्हां च हाहाकार मच गई। सो चढ़ सिंह ने सुनी पुकार। वह वहीर दी हाहाकार बाबे चढ़त सिंह ने जदों सुनी, करी दौड़ पर पिंडन वार। चढ़त सिंह फौज लै के वह पिंड वालिआं दे जा पिया कुतबा बामणी वालिआं ते, ਵੀ ਤੁਸੀਂ ਸਾਡੇ ਸਿੱਖਾਂ ਪਰਿਵਾਰਾਂ ਨੂੰ ਕਿਉਂ ਮਾਰਦੇ ਹੋ। ਮਾਰ ਰੰਗੜ ਵਿੱਚ ਕੱਢੇ ਤਲਵਾਰ। ਉਹਨੇ ਫਿਰ ਆਪਣੀ ਤੇਗ ਦੀ ਧਾਰ ਥੱਲੇ ਰੰਗੜ ਲਿਆਂਦੇ। ਫਿਰ ਉਹ ਜਿਹੜੇ ਰੰਗੜ ਖਾਲਸੇ ਦੇ ਜਵੈਰੀ ਬਣੇ ਹੋਏ ਸਨ, ਪਿੰਡਾਂ ਦੇ ਵਿੱਚ ਵਹੀਰ ਨੂੰ ਮਾਰ ਰਹੇ ਸਨ, ਫਿਰ ਚੜ੍ਹਤ ਸਿੰਘ ਨੇ ਉਹਨਾਂ ਰੰਗੜਾਂ ਨੂੰ ਸੋਧਾ ਲਾਇਆ। ਮਰਦ ਸਿੰਘ ਤਿੰਨ ਲੈ ਬਜਾਏ। ਮਰਦੇ ਹੋਏ ਵਹੀਰ ਦੇ ਬੱਚੇ ਬੀਬੀਆਂ ਬੁੱਢੇ ਚੜ੍ਹਤ ਸਿੰਘ ਨੇ ਬਚਾ ਲਏ। ਮਾਰੇ ਰੰਗੜ ਖੂਬ ਬਣਾਏ। ਔਰ ਰੰਗੜਾਂ ਨੂੰ ਖੂਬ ਸੋਧਾ ਲਾਇਆ। ਕੁਤਬਾ ਬਾਮਣੀ ਰੰਗੜਾਂ ਦਾ ਪਿੰਡ ਸੀਗਾ, ਅਤੇ ਰੰਗੜ ਸਾਧ ਸੰਗਤ ਜੀ ਇੱਕ ਐਸੀ ਬਰਾਦਰੀ ਸੀ ਜਿਹੜੇ ਖਾਲਸੇ ਨਾਲ ਮੁੱਢ ਤੋਂ ਹੀ ਜੰਗ ਯੁੱਧ ਕਰਦੇ ਰਹੇ ਹਨ। ਜਦੋਂ ਸ੍ਰੀ ਕਲਗੀਧਰ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਨ, ਆਲਾ ਦੁਆਲਾ ਦੋ ਜਾਤੀਆਂ ਦਾ ਸੀ, ਇੱਕ ਗੁੱਜਰ ਇੱਕ ਰੰਗੜ। ਗੁੱਜਰ ਅਤੇ ਰੰਗੜ ਸਿੰਘਾਂ ਨਾਲ ਲੜਿਆ ਕਰਦੇ ਸਨ। ਸ੍ਰੀ ਅਨੰਦਪੁਰ ਸਾਹਿਬ ਦੀਆਂ ਜੰਗਾਂ ਵਿੱਚ ਗੁੱਜਰਾਂ ਅਤੇ ਰੰਗੜਾਂ ਨਾਲ ਹੀ ਜ਼ਿਆਦਾ ਜੰਗਾਂ ਹੋਈਆਂ ਹਨ। ਜਮਤੁੱਲਾ ਭਾਊ ਰੰਗੜਾਂ ਦਾ ਸਰਦਾਰ ਸੀ, ਜਿਹੜਾ ਗੁਰੂ ਖਾਲਸੇ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮਾਰਿਆ ਸੀ। ਗੁਰਪ੍ਰਤਾਪ ਸੂਰਜ ਵਿੱਚ ਉਸ ਦੀ ਕਥਾ ਆਉਂਦੀ ਹੈ। ਇਹ ਰੰਗੜ ਜਿਹੜੇ ਸਨ ਸਿੱਖਾਂ ਨੂੰ ਮਾੜਾ ਹੀ ਸਮਝਦੇ ਸਨ, ਤੋ ਰੰਗੜਾਂ ਨਾਲ ਚੜ੍ਹਤ ਸਿੰਘ ਦੀ ਤਲਵਾਰ ਖੜਕੀ ਹੈ। ਜੋ ਪਿੰਡ ਤੇ ਬਾਹਰ ਹਤਿਆਇਓ। ਜਿਹੜਾ ਕੋਈ ਰੰਗੜ ਪਿੰਡ ਤੋਂ ਬਾਹਰ ਨਿਕਲਿਆ ਸੀ ਸਿੰਘਾਂ ਨੂੰ ਮਾਰਨ, ਵਹੀਰ ਨੂੰ ਮਾਰਨ, ਉਹ ਚੜ੍ਹਤ ਸਿੰਘ ਦੇ ਹੱਥ ਆ ਗਿਆ। ਮਾਰ ਕੂੜ ਤੇ ਸੀਸ ਕਟਾਇਓ। ਬਸ ਫਿਰ ਚੜ੍ਹਤ ਸਿੰਘ ਨੇ ਕੋਈ ਲਿਹਾਜ਼ ਨਹੀਂ ਕੀਤਾ ਵੀ ਇਹ ਪੇਂਡੂ ਲੋਕ ਹਨ, ਜੇ ਸਾਡੇ ਦੁਸ਼ਮਣ ਹਨ ਤਾਂ ਫਿਰ ਸਾਡੇ ਕੀ ਲੱਗਦੇ ਹਨ।
ਹੁਣੇ ਮਾਰ ਮੁੜ ਦਲ ਮੇ ਰਲਾ। ਚੜ੍ਹਤ ਸਿੰਘ ਉਹਨਾਂ ਰੰਗੜਾਂ ਨੂੰ ਮਾਰ ਕੇ ਤੇ ਵਾਪਸ ਖਾਲਸੇ ਦੇ ਦਲ ਵਿੱਚ ਜਾ ਰਲਿਆ। ਕਰਨ ਲਗੋ ਪਰ ਗਿਲਜਨ ਹੱਲਾ, ਫਿਰ ਉਹ ਗਿਲਜਿਆਂ ਦੇ ਉੱਤੇ ਅਬਦਾਲੀ ਦੇ ਹੱਲਾ ਕਰਨ ਲੱਗਾ। ਸਾਧ ਸਿੰਘ ਜੀ ਕਿਹੋ ਜਿਹੀ ਮਿੱਟੀ ਦੇ ਉਹ ਸਿੰਘ ਬਣੇ ਸਨ, ਥਕਾਵਟ ਉਹਨਾਂ ਦੇ ਨੇੜੇ ਨਹੀਂ ਸੀ ਆਉਂਦੀ, ਪੱਕਦੇ ਨਹੀਂ ਸਨ ਯੁੱਧ ਕਰਦੇ ਹੋਏ ਤੇ ਬਿਜਲੀ ਦੀ ਤਰ੍ਹਾਂ ਦੁਸ਼ਮਣ ਦੇ ਸਿਰ 'ਤੇ ਜਾ ਪੈਂਦੇ ਸਨ। ਚੜ੍ਹਤ ਸਿੰਘ ਸੁੱਕਰ ਚੱਕੀਆ, ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਾਦਾ ਹੋਇਆ ਹੈ, ਪੰਥ ਦੇ ਵਿੱਚ ਬਹੁਤ ਨਾਮੀ ਜਰਨੈਲ। ਪਹਿਲਾਂ ਉਹਨੇ ਪਿੰਡ ਦੇ ਲੋਕਾਂ ਨੂੰ ਜਿਹੜੇ ਰੰਗੜ ਸਨ ਉਹਨਾਂ ਨੂੰ ਸੋਧਾ ਲਾਇਆ, ਫਿਰ ਆਪਣੇ ਸਾਥੀਆਂ ਨਾਲ ਜਾ ਕੇ ਅਬਦਾਲੀ ਦਾ ਮੁਕਾਬਲਾ ਕਰਨ ਲੱਗਾ। ਸਿਆਣਾ ਨੇ ਸੋ ਲਿਓ ਹਟਾਏ, ਸਿਆਣੇ ਸਿੰਘਾਂ ਨੇ ਰੋਕਿਆ, ਚੜ੍ਹਤ ਸਿੰਘ ਜੀ ਤੁਸੀਂ ਅੱਗੇ ਨਾ ਜਾਓ, ਤੁਸੀਂ ਅਬਦਾਲੀ ਦੀ ਫੌਜ ਦੇ ਘੇਰੇ ਵਿੱਚ ਨਾ ਜਾਇਆ ਕਰੋ, ਇਹਾਂ ਲੜਨ ਮੁੜ ਨਾ ਪਲਾਏ। ਹੁਣ ਇੱਥੇ ਆਪਾਂ ਨੂੰ ਲੜਨ ਦਾ ਕੋਈ ਫਾਇਦਾ ਨਹੀਂ ਹੈ, ਆਪਾਂ ਇੱਥੇ ਲੜ ਕੇ ਜਿੱਤ ਨਹੀਂ ਸਕਦੇ, ਇੱਥੇ ਤਾਂ ਬਚ ਕੇ ਜਾਣਾ ਹੀ ਸਿਆਣਪ ਹੈ। ਇੱਥੇ ਆਪਣੀ ਫੌਜ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਬਚਾ ਲਈਏ ਜਿੰਨਾ ਕੁ ਬਚਾ ਸਕਦੇ ਹਾਂ, ਵੱਧ ਚੜ੍ਹ ਕੇ ਇਹੀ ਸਾਡਾ ਭਲਾ ਹੈ। ਦੋਹਰਾ ਗਿਰਜੇ ਵੀ ਲੜ ਥੱਕ ਪਰੇ ਖੜੇ ਰਹਿ ਤੈ ਹੋਏ। ਅਹਿਮਦ ਸ਼ਾਹ ਅਬਦਾਲੀ ਦੀ ਫੌਜ ਵੀ ਲੜ ਲੜ ਕੇ ਥੱਕ ਗਈ ਸੀ, ਉਹਨਾਂ ਦਾ ਵੀ ਜ਼ੋਰ ਲੱਗਿਆ ਪਿਆ ਸੀ। ਫਰਵਰੀ ਦਾ ਮਹੀਨਾ ਸੀ, ਧੁੱਪਾਂ ਚੜ੍ਹ ਗਈਆਂ ਸਨ ਅਤੇ ਦਿਨ ਵੀ ਵੱਡੇ ਹੋ ਰਹੇ ਸਨ, ਇਸ ਕਰਕੇ ਅਬਦਾਲੀ ਦੀ ਫੌਜ ਜਿਹੜੀ ਸੀ ਪਾਣੀ ਤੋਂ ਪਿਆਸ ਨਾਲ ਮਰਨ ਲੱਗੀ ਹੈ। ਸਿੰਘ ਪੀ ਅਗਿਓ ਨੈ ਟਲੇ ਪੀ ਜਲ ਸਮਤੇ ਸੋਏ। ਉਦਵਾ ਬਾਹਮਣੀ ਦੇ ਲਾਗੇ ਇੱਕ ਬਹੁਤ ਵੱਡਾ ਤਲਾਬ ਸੀ, ਪਾਣੀ ਦਾ ਢਾਬ ਸੀਗੀ, ਜਿਹਨੂੰ ਆਪਾਂ ਪਿੰਡਾਂ 'ਚ ਆਮ ਛੱਪੜ ਜਾਂ ਜੋੜ ਕਹਿ ਦਿੰਦੇ ਹਾਂ। ਉੱਥੇ ਸਿੰਘਾਂ ਨੇ ਘੋੜਿਆਂ ਨੂੰ ਵੀ ਪਾਣੀ ਪਿਆ ਲਿਆ ਅਤੇ ਆਪ ਵੀ ਪਾਣੀ ਪੀ ਲਿਆ। ਪਾਣੀ ਪੀ ਕੇ ਸਿੰਘ ਫੇਰ ਸ਼ੇਰ ਬਣ ਗਏ ਤੇ ਅਬਦਾਲੀ ਦੀ ਫੌਜ ਨੂੰ ਰੋਕ ਲਿਆ, ਉਹਨੂੰ ਪਾਣੀ ਦੇ ਨੇੜੇ ਨਹੀਂ ਆਉਣ ਦਿੰਦੇ ਸਿੰਘ। ਚੋ ਪਈ ਸਭ ਸਿੰਘ ਉਹਾਂ ਰਹਿ ਖਲੋਏ। ਉੱਥੇ ਸਿੰਘ ਖਲੋ ਕੇ ਲੜਨ ਲੱਗੇ ਕੁਤਬਾ ਬਾਹਮਣੀ ਪਿੰਡ ਦੇ ਲਾਗੇ। ਆਏ ਲੜਦੇ ਬਾਰਾਂ ਕੋਹੇ, ਬਾਰਾਂ ਕੋਹ ਲੜਦੇ ਆਏ ਸਨ। ਬਾਰਾਂ ਕੋਹ ਪਿੱਛੋਂ ਲੜਾਈ ਸ਼ੁਰੂ ਹੋਈ ਸੀ, ਕੁਤਬਾ ਬਾਹਮਣੀ ਤੱਕ ਬਾਰਾਂ ਕੋਹ ਦਾ ਸਫ਼ਰ ਹੋ ਗਿਆ। ਦੌੜ ਕਰੀ ਹੁਣ ਸੌ ਕੋਹ ਸਾਰੀ, ਅਬਦਾਲੀ ਦੀ ਫੌਜ ਸੌ ਕੋਹ, 100 ਮੀਲ ਜਾਂ 100 ਕੋਹ ਮੀਲ ਨਾਲੋਂ ਵੀ ਵੱਡਾ ਕੋਹ ਹੁੰਦਾ ਹੈ, ਕਿਲੋਮੀਟਰ ਨਾਲੋਂ ਮੀਲ ਵੱਡੇ ਹੁੰਦੇ ਜਿਹੜੇ ਅੰਗਰੇਜ਼ਾਂ ਦੇ ਸਮੇਂ ਹੁੰਦੇ ਸਨ, ਕੋਹ ਉਸ ਤੋਂ ਵੀ ਵੱਡਾ ਹੁੰਦਾ ਹੈ। 100 ਕੋਹ ਦਾ ਮਤਲਬ ਹੈ ਵੀ 200-250 ਕਿਲੋਮੀਟਰ ਦਾ ਸਫ਼ਰ ਅਬਦਾਲੀ ਦੀ ਫੌਜ ਦੌੜ ਕੇ ਆਈ ਸੀ ਘੋੜਿਆਂ 'ਤੇ। ਇੰਨਾ ਸਫ਼ਰ ਕਰਨ ਕਰਕੇ ਉਹ ਪਹਿਲਾਂ ਵੀ ਥੱਕੇ ਹੋਏ ਸਨ, ਅੱਗੇ ਉਹਨਾਂ ਦੀ ਖਾਲਸੇ ਨਾਲ ਟੱਕਰ ਹੋ ਗਈ, ਬੜੀ ਘਮਸਾਨ ਦਾ ਯੁੱਧ ਹੋ ਗਿਆ, ਜਿਹਦੇ ਕਰਕੇ ਅਬਦਾਲੀ ਦੀ ਫੌਜ ਹੁਣ ਲੜਨ ਨੂੰ ਹੰਭ ਗਈ ਹੈ, ਹਟ ਗਈ ਹੈ। ਹਾਂਜੀ, ਇਸ ਕਰ ਪੈਸੋ ਗਿਲਜੇ ਹਾਰੀ, ਗਿਲਜੇ ਭਾਵੇਂ ਬੜੇ ਜਵਾਨ ਸਨ, ਬੜੇ ਲੜਾਕੇ ਸਨ ਅਤੇ ਰੋਜ਼ ਜੰਗਾਂ 'ਚ ਸਫ਼ਰ ਕਰਨ ਵਾਲੇ ਸਨ, ਪਰ ਇੰਨਾ ਸਫ਼ਰ ਕਰਕੇ ਥੱਕ ਗਏ ਸਨ। ਹੋਰਾ ਸਿਖਰ ਦੁਪਹਿਰ ਹੋਏ ਗਇਓ ਪਰੇ ਧੂਪ ਕੀ ਤਾੜ, ਦੁਪਹਿਰਾ ਵੀ ਸਿਰ ਦੇ ਉੱਤੇ ਆ ਗਿਆ, ਸੂਰਜ ਦੀ ਤਾੜ ਪੈਂਦੀ ਸੀ ਅਤੇ ਗਰਮੀ ਹੁਣ ਝੱਲੀ ਨਹੀਂ ਸੀ ਜਾ ਰਹੀ। ਨੱਠ ਨੱਠ ਖੜ ਖੜ ਮੁੜ ਲੜਤ ਤਰਸ ਹੋ ਤੇ ਚਿੱਤ ਸਾੜ, ਅੱਗੋਂ ਸਿੰਘ ਜਿਹੜੇ ਸਨ ਉਹ ਨੱਠ ਨੱਠ ਕੇ ਫਿਰ ਮੁੜ ਕੇ ਖਲੋ ਜਾਂਦੇ ਸਨ, ਫਿਰ ਲੜਦੇ ਸਨ। ਅਬਦਾਲੀ ਦੀ ਫੌਜ ਦਾ ਵੀ ਨੁਕਸਾਨ ਹੋ ਰਿਹਾ ਸੀ, ਉਹਨਾਂ ਦੇ ਹਜ਼ਾਰਾਂ ਬੰਦੇ ਮਾਰੇ ਜਾ ਚੁੱਕੇ ਸਨ, 10,000 ਸਿੰਘ ਸ਼ਹੀਦ ਹੋਇਆ ਲੜਾਕਾ ਅਤੇ 10,000 ਹੀ ਅਬਦਾਲੀ ਦੇ ਬੰਦੇ ਮਰੇ ਹਨ। ਸਿੱਖਾਂ ਦਾ ਨੁਕਸਾਨ ਜ਼ਿਆਦਾ ਇਸ ਕਰਕੇ ਮੰਨਿਆ ਜਾਂਦਾ ਵੀ ਉਹਨਾਂ ਦੇ ਬੱਚੇ ਬੀਬੀਆਂ ਅਤੇ ਬੁੱਢੇ ਉਹ ਐਕਸਟਰਾ 20,000 ਮਰੇ ਹਨ। ਜਿਹੜੀ ਲੜਾਕੀ ਫੌਜ ਸੀ ਉਹ ਬਰਾਬਰ ਹੀ ਮਰੀ ਹੈ, ਪਰ ਅਬਦਾਲੀ ਦੀ ਫੌਜ ਜ਼ਿਆਦਾ ਸੀ, ਸਿੰਘਾਂ ਦੀ ਫੌਜ ਥੋੜ੍ਹੀ ਸੀ। ਅਬਦਾਲੀ ਦੀ ਫੌਜ ਦਾ ਜ਼ੋਰ ਲੱਗ ਗਿਆ, ਗਰਮੀ ਦੇ ਵਿੱਚ ਉਹਨਾਂ ਕੋਲੋਂ ਹੁਣ ਤੁਰਿਆ ਨਹੀਂ ਜਾਂਦਾ ਪਾਣੀ ਤੋਂ ਬਿਨਾਂ। ਚੋ ਪਈ ਘੋੜੇ ਮਰਦ ਪਿਆਸੇ ਪੈ, ਅਤੇ ਘੋੜਿਆਂ ਨੂੰ ਪਾਣੀ ਪੀਤਿਆਂ ਨੂੰ ਕਾਫੀ ਟਾਈਮ ਹੋ ਗਿਆ ਸੀ, ਲਗਭਗ 2-2.5 ਲੱਖ ਘੋੜਾ ਸੀ ਅਬਦਾਲੀ ਦੇ ਕੋਲ, ਉਹ ਪਿਆਸ ਨਾਲ ਮਰ ਰਿਹਾ ਸੀ। ਸਫਨ ਕੇ ਮੁੱਖ ਸੁੱਕ ਸੋ ਗਏ, ਘੋੜਿਆਂ ਦੇ ਵੀ ਮੂੰਹ ਸੁੱਕ ਗਏ ਤੇ ਜਵਾਨਾਂ ਦੇ ਵੀ ਸੁੱਕ ਗਏ। ਰਸਤੇ ਮੇ ਚਲ ਹੱਥ ਨਾ ਆਇਓ, ਇੰਨੀ ਫੌਜ ਵਾਸਤੇ ਪਾਣੀ ਕਿੱਥੋਂ ਲੱਭਦਾ, ਇੱਕ ਖੂਹ ਦੇ ਉੱਤੇ ਵੀ 100-50 ਬੰਦਾ ਇਕੱਠਾ ਹੋ ਜਾਵੇ ਨਾ ਪਾਣੀ ਪੀਣ ਲਈ, ਅਤੇ ਉਹ ਖੂਹ ਦੇ ਵਿੱਚੋਂ ਪਾਣੀ ਕੱਢ ਕੇ 100 ਬੰਦਿਆਂ ਨੂੰ ਪਾਣੀ ਪਿਆਉਣਾ ਕਈ ਘੰਟੇ ਲੱਗ ਜਾਂਦੇ ਹੈ।
टाइम लगता तो उत्थे तां 2.5 लाख बंदा सीगा ते खूहां दे पानी नाल कित्थे पूरी पैंदी सी ते पानी खूह चों कढे कौण ते पियावे कौण ते खूह इन्ने है भी नहीं सी मालवे विच अबदाली की फौज को कोई वड्डा सारा पानी का सागर जां कोई दरिया जां कोई नदी चाहीदी सी तां गुजारा हुंदा पर वह नहीं मिलिया जिहदे करके अबदाली के घोड़ियां दा ते जवाना दा मुंह सुकन लगा जो आयो तो पीन कंपायो जो कुछ पानी माड़ा मोटा कितों मिलदा खूह पियांदे भी सन पींदे भी सन पर उहदे नाल गुजारा नहीं सी सारी फौज दा हो रहा उस बारा में जल लबा 12 को लड़ाई हुंदी रही 12 को तक अबदाली नूं पानी नहीं मिलिया पितो दो तरफी चाहे सबा दोवें पासे फौज पीना चाहुंदी सिख भी पानी पीना चाहुंदे सन ते अबदाली दी फौज भी पानी तों बेहाल हो रही सी पानी ना मिलन करके फौजां दोवें पासे दीआं मरन वालियां होईआं पईआं सन सब को जल तै नदरिया उत्थे कुतबे बामणी पिंड दे विच इक बड़ी वड्डी ढाब सी बहुत वड्डा छप्पड़ सीगा जिहदे विच पानी खड़ा सी बरसात दा उत्थे दोवां फौजां नूं पानी नजरी आ गया जन मरते के ना जीवन पाया जिवें मुरदियां च जान आ गई होई पानी नूं वेख के ते सारे पानी ते टुट पए भरी टाब बड दोवें नठ उस वेले दोवें दल पानी वल दौड़े सिखां दी फौज भी पानी नूं पई भज के सिखां ने भी घोड़ियां नूं पानी पियाना सी ते आप भी पीना सी ते अबदाली दी फौज भी ਉਹ ਵੀ ਪਿਆਸ ਨਾਲ ਮਰ ਰਹੀ ਸੀ ਪਿਆਸੇ ਪਰ ਦੋ ਤਰਫੋਂ ਨੱਠ ਦੋਵੇਂ ਪਾਸਿਓਂ ਦੋ ਤਰਫਿਆਂ ਤੋਂ ਪਿਆਸੇ ਨੱਠ ਪਏ ਦੌੜ ਪਏ ਪਾਣੀ ਦੇ ਵਾਸਤੇ ਹਾਂਜੀ ਬਹੀਰੀਏ ਪੀਚ ਹੈ ਪੀਓ ਪਾਣੀ ਜਿਹੜੇ ਬਹੀਰ ਵਾਲੇ ਸਿੰਘ ਸਨ ਭਾਵ ਬੀਬੀਆਂ ਬੱਚੇ ਬੁੱਢੇ ਉਹ ਵੀ ਵਿਚਾਰੇ ਪਿਆਸੇ ਦੌੜ ਦੌੜ ਕੇ ਮਰੇ ਪਏ ਸਨ ਪਾਣੀ ਉਹ ਵੀ ਪੀਣਾ ਚਾਹੁੰਦੇ ਸਨ ਪਰਤ ਤਲਵਾਰ ਨੇ ਤਿੰਨੇ ਮਾਣੀ ਉਸ ਵੇ ਸਾਧ ਸੰਗਤ ਜੀ ਪਾਣੀ ਦੀ ਪਿਆਸ ਇੰਨੀ ਜ਼ਿਆਦਾ ਸੀ ਵੀ ਸਿਰ ਤੇ ਤਲਵਾਰਾਂ ਪੈਂਦੀਆਂ ਨਹੀਂ ਨਜ਼ਰ ਆਈਆਂ ਪਾਣੀ ਵੱਲ ਦੌੜੇ ਵੀ ਪਾਣੀ ਪੀ ਲਈਏ ਮਰਨ ਤੋਂ ਪਹਿਲਾਂ ਕੈਸੀ ਹਾਲਤ ਹੋਵੇਗੀ ਵੀ ਜਦੋਂ ਬੰਦੇ ਨੂੰ ਭੁੱਖ ਤੇ ਪਿਆਸ ਲੱਗੀ ਹੋਵੇ ਤੇ ਪਿਆਸ ਵੀ ਬੰਦੇ ਦੀ ਜਾਨ ਕੱਢ ਦਿੰਦੀ ਹੈ ਤੇ ਉਦੋਂ ਫਿਰ ਮੌਤ ਨੂੰ ਵੀ ਲੜ ਕੇ ਮੌਤ ਨਾਲ ਪਾਣੀ ਪੀਣਾ ਚਾਹੁੰਦਾ ਉੱਧਰ ਵੀ ਮੌਤ ਹੈ ਉੱਧਰ ਵੀ ਪਿਆਸੇ ਵੀ ਮਰਨਾ ਮੌਤ ਨਾਲ ਹੈ ਅਤੇ ਤਲਵਾਰ ਵੀ ਥੱਲੇ ਉਹ ਵੀ ਉੱਤੇ ਦੁਸ਼ਮਣ ਲੈ ਕੇ ਸਿਰ 'ਤੇ ਖੜ੍ਹਾ ਹੈ ਇਸ ਤਰ੍ਹਾਂ ਦੀ ਹਾਲਤ ਬਣ ਗਈ ਜਦੋਂ ਕੁਤਬੇ ਬਾਹਮਣੀਆਂ ਪਿੰਡ ਕੋਲ ਪਹੁੰਚੇ ਹਨ ਗਿਲਜੇ ਵੀ ਲੜਨੋਂ ਭੁੱਲ ਗਏ ਅਤੇ ਗਿਲਜਿਆਂ ਨੂੰ ਵੀ ਉਸ ਵੇਲੇ ਲੜਨਾ ਭੁੱਲ ਗਿਆ ਕਿਉਂ ਪਾਣੀ ਤੋਂ ਬਿਨਾਂ ਉਹ ਵੀ ਪਿਆਸ ਨਾਲ ਮਰ ਰਹੇ ਸਨ ਪੀਵਨ ਪਾਣੀ ਟਾਸੋ ਪੈ ਉਹ ਵੀ ਢਾਬ ਤੇ ਪਾਣੀ ਪੀਣ ਨੂੰ ਟੁੱਟ ਪਏ ਤੇ ਸਿੱਖ ਵੀ ਪਾਣੀ ਉਸੇ ਢਾਬ ਤੇ ਪੀਣ ਨੂੰ ਟੁੱਟ ਪਏ ਪਿਆਸੇ ਵਿੱਚ ਤੋਂ ਨੱਠ ਜਲ ਪੀਵੈ ਪਿਆਸੇ ਦੌੜ ਦੌੜ ਕੇ ਪਾਣੀ ਵਿੱਚ ਪੀਂਦੇ ਨੇ ਨੱਠ ਕੇ ਪਾਣੀ ਪੀਂਦੇ ਪਹਿਲਾਂ ਮੈਂ ਪੀ ਲਵਾਂ ਏਦਾਂ ਦੀ ਹਾਲਤ ਬਣ ਗਈ ਉੱਥੇ ਭਾਵੇਂ ਮਰ ਡੁੱਬੇ ਭਾਵੇਂ ਜੀਵੈ ਭਾਵੇਂ ਡੁੱਬ ਕੇ ਮਰ ਜਾਣ ਪਰ ਵਿੱਚ ਘੋੜੇ ਨੂੰ ਵਾੜ ਦਿੰਦੇ ਆ ਤੇ ਪਾਣੀ ਘੋੜੇ ਨੂੰ ਵੀ ਪਿਆਉਂਦੇ ਆ ਤੇ ਆਪ ਵੀ ਪੀਂਦੇ ਆ ਦੋਹਰਾ ਮਲਵਈਆਂ ਖਾਲਸੇ ਕਹਿਓ ਅੱਗੇ ਪਾਣੀ ਦੂਰ ਮਲਵਈਆਂ ਦੇ ਜਿਹੜੇ ਸਰਦਾਰ ਸੇਖੂ ਸਿੰਘ ਵਗੈਰਾ 3 ਵਕੀਲ ਸਨ ਇੱਕ ਮਹਾਰਾਜਾ ਪਟਿਆਲਾ ਦਾ ਵਕੀਲ ਸੀ ਇੱਕ ਕੈਥਲ ਦੇ ਰਾਜੇ ਦਾ ਵਕੀਲ ਸੀ ਇਹ ਜਿਹੜੇ ਮਲਵਈਆਂ ਦੇ ਵਕੀਲ ਸਨ ਇਹਨਾਂ ਨੇ ਆਖਿਆ ਖਾਲਸੇ ਨੂੰ ਕਿ ਖਾਲਸਾ ਜੀ ਪਾਣੀ ਅੱਗੇ ਬਹੁਤ ਦੂਰ ਹੈ ਇੱਥੇ ਜੇ ਪੀ ਸਕਦੇ ਹੋ ਤੇ ਪੀ ਲਵੋ ਜਿਹੜਾ ਇੱਥੇ ਪਾਣੀ ਨਾ ਪੀ ਸਕਿਆ ਜਿਹਨੇ ਇੱਥੇ ਘੁੱਟ ਪਾਣੀ ਨਾ ਪੀਤਾ ਅਗਲੇ 10-20 ਕਿਲੋਮੀਟਰ ਪਾਣੀ ਕੋਈ ਨਹੀਂ ਮਿਲਣਾ ਤੇ ਜ਼ਰੂਰ ਪਿਆਸ ਨਾਲ ਹੀ ਰਸਤੇ 'ਚ ਮਰ ਜਾਏਗਾ ਇਸ ਕਰਕੇ ਸਿੰਘੋ ਪਾਣੀ ਪੀ ਲਵੋ ਚੋ ਬਈ ਤਬ ਖਾਲਸੇ ਖੜ ਕਰੀ ਸਲਾਹ ਤਾਂ ਖਾਲਸੇ ਨੇ ਸਲਾਹ ਕੀਤੀ ਕਿ ਪਾਣੀ ਤੋਂ ਬਿਨਾਂ ਤਾਂ ਪਿਆਸ ਨਾਲ ਮਰਨਾ ਬੜਾ ਔਖਾ ਹੈ ਘੋੜਿਆਂ ਨੂੰ ਵੀ ਪਾਣੀ ਪਿਆਉਣਾ ਸਿੰਘਾਂ ਨੂੰ ਬੱਚਿਆਂ ਨੂੰ ਬੀਬੀਆਂ ਨੂੰ ਬੁੱਢਿਆਂ ਨੂੰ ਸਾਰੇ ਵਹੀਰ ਨੂੰ ਪਾਣੀ ਪਿਆਈਏ ਲੇਹੋ ਸਭ ਕੋ ਜਲ ਪਿਲਵਾਏ ਇਸ ਛੱਪੜ ਤੋਂ ਇਸ ਜੋੜ ਤੋਂ ਸਾਰੇ ਪਾਣੀ ਪੀ ਲੈਣ ਫਿਰ ਅੱਗੇ ਤੁਰੀਏ ਪਰਸਵਾਰਤ ਪਰੇ ਲਾਵੋ ਸਰੀਰ ਸਿਆਣੇ ਸਿੰਘ ਕਹਿਣ ਲੱਗੇ ਆਪਾਂ ਆਪਣੀਆਂ ਜਾਨਾਂ ਵਾਰ ਦਈਏ ਹੁਣ ਸ਼ਹੀਦ ਤਾਂ ਹੋਣਾ ਹੀ ਹੈ ਆਪਾਂ ਪਹਿਲਾਂ ਅਬਦਾਲੀ ਨੂੰ ਰੋਕੀਏ ਪੂਰੀ ਤਰ੍ਹਾਂ ਨਾਲ ਤਾਂ ਕਿ ਆਪਣਾ ਵਹੀਰ ਪਾਣੀ ਪੀ ਲਵੇ ਆਪ ਮਰੋ ਔਰ ਬਚਾਓ ਵਹੀਰ ਆਪ ਮਰ ਜਾਈਏ ਆਪਾਂ ਸ਼ਹੀਦ ਹੋ ਜਾਈਏ ਤੇ ਆਪਣਾ ਪਰਿਵਾਰ ਜਿਹੜੇ ਬੱਚੇ ਬੀਬੀਆਂ ਹਨ
इन्हां नूं पाणी पिया के अगे दौड़ा दईए। यो कर खड़ियो खालसो सलाहे। कुत्ते बामणी दे छप्पड़ दे किनारे ते सिंह सलाह करके ते अगां धूक के खलो गए। अगे ना मिलियो गिलजां धरन पाए। अबदाली दी फौज नूं एदां रोक लिया जिवें कोई पहाड़ दरिया नूं रोक लैंदा है। थंभ लिया खालसे ने एक कदम भी अबदाली दी फौज नूं अगे नहीं वधण दित्ता। उन्हां दा डट के सिंह मुकाबला करन लगे ते वहीर वालिआं नूं कहण लगे वी फटाफट पाणी पीओ ते अगे नूं दौड़ जाओ। दो तरफ दल होए रहि खड़े। दोवें पासे फौजां आमणे सामणे खड़ियां सन। पी पी जल दल आपणे रले। और जिहड़े पाणी पीण गिरजे आ गए सन ओह पाणी पी के भज के जा के गिरजिआं 'च रल गए। दोहरा तवे खासे मुड़ लड़ियो बहीर गरीबन का। खालसा तां भावें पाणी घोड़िआं नूं पहलां पिआ बैठा सी, सिंघ भी पाणी पी बैठे सन, पर अपने बच्चिआं बीबीआं बुढ़िआं नूं पाणी पिआउण दी खातर सिंघ फिर अबदाली दी फौज नाल लड़न लगे। सिंघां मोर शस्त्र करे ऐसो पहले बाज। खालसे ने फिर खंडा खड़काना शुरू कर दिता, फिर शस्त्र चलन लग पए। चौपाई जल पर उन भी अर रोकियो। अबदाली दी फौज दा भी जोर पाणी ते सीगा कि फटाफट असी भी पाणी पीवीए तां कि सिख किते दौड़ ना जाण, असी पाणी पी के सिखां नूं मार लईए। पाणी दा सरोवर तलाब इक्को ही सीगा, होर कोई है नहीं सी। उधर ते सिखां ने कब्जा कीता ते अबदाली दी फौज उस कब्जे नूं छडाण लई टुट के पैण लगी। जल दो इन रल इक थां पीओ। इक थां ते पाणी पीणा सी, उत्थे ही सिखां ने पीणा सी, उत्थे तुरकां ने पीणा सी। पी पी जल मुड़ अपने जाहे। और पाणी पी पी के अपने अपने दलां च रलण लगे। रही ना होश लड़न की गाहे। किसी च लड़न दी होश ही कोई नहीं सी रह गई, जान ही नहीं सी। बाहवां हंबियां पईआं सी तेगां मार मार के, घोड़े थके पए सन, शरीरां 'च रत नहीं सी रही, इन्ने शस्त्र लगे सन। सिखां दा तां बहुत बुरा हाल सी, कोई भी सिख ऐसा नहीं सी जिहनूं दो चार जख्म ना लगे होण। सिंघां ने करी अपने संभाल। सिंघां ने अपने वहीर नूं तगड़े हो के पाणी पियाया ते अपनी संभाल कीती। फटे थके कर लीने नाल। टुटे फटे जख्मी सिंघां नूं नाल लिया। जेरा नटको दस और गयो। डेरा नटको दस और गयो। दस को सिंघां ने उत्थों सूट वटी, दस को होर अगे जा के डेरा करन दी सलाह कीती। खिंडियो फुटियो आए उहां रलियो। जिहड़े कोई खिंडे पुंडे सन, कोई पिछे रह गए सन, कोई जख्मी सन, कोई डिगे सन, ओह भी डिगदे टहिंदे उत्थे आ गए। 20,000 उहां पहुंचे। साध संगत जी 20,000 उत्थे पहुंचे। और मुए जो खिंड भी गए। और जिहड़े मरे सन को खिंड के पता नहीं किन्ने किसे सन। लोक है सिंह 1,00,000 सारा। भाई रतन सिंह जी कहिंदे हन कि लोक कहिंदे ने कि कुल गिणती उस लड़ाई 'च सिखां दी 1,00,000 सीगी। जिस दिन लड़ाई शुरू होई उस तों पहलां सिखां दा पंथ 1,00,000 दी गिणती विच सी। 50 बचियो और सब गयो मारा। लोग कहिंदे ने कि 50,000 सिख बचिया सी, 50,000 मारिया गया सी। पिता हमारे 30 बताए। पर मेरे पिता सरदार राय सिंह जी उस लड़ाई विच शामिल सन। उस लड़ाई विच साध संगत जी बड़े बड़े नामी सिंह शहीद होए। अकाली फूला सिंह जी दे पिता बाबा ईश्वर सिंह जी, जिन्हां ने बाबा दीप सिंह जी निहंग सिंह जो दमदमे साहब विखे विद्या पढ़ाते सन, बाबा ईश्वर सिंह, तपा सिंह, नैणा सिंह, तीन गुर भाइयों ने उन्हां तों विद्या पढ़ी, तिन्ने ही उस लड़ाई में शामिल सन। ईश्वर सिंह जख्मी हो के जदों शहीदी पाण लगे तां फूला सिंह 1 साल दा सीगा ते बाबा फूला सिंह जी नूं बाबा तपा सिंह ते नैणा सिंह जी दे हवाले करके ईश्वर सिंह ने कहा सी इह पचंगी तुहाडा पंथ दी अमानत तुसीं सांभणा है। तां बाबा तपा सिंह जी ते बाबा नैणा सिंह जी ने उन्हूं पालिया सीगा। इसी तरह सरदार महताब सिंह का पुत्र राय सिंह, रतन सिंह का पिता उस जंग में शामिल सी। राय सिंह का नाना शाम सिंह खुद फौज की अगवाई कर रहा सी। उस सारे सिंघां तो यह जिहड़ी भाई रतन सिंह जी कहिंदे मैं सुनी है गल, जो साडे बजुर्गां ने आप अपने हड्डां ते यह संताप झल्लिया है। मेरे पिता राय सिंह कहिंदे सन कि 30,000 पिता हमारे 30 बताए। अंदाजा सी कि 30,000 शहीदियां होईयां सन। रह सो मर और बच कर आए। 30,000 मारे गए सन,
बाकी बचे सन थोड़े बाले। हां जी पिता चाचे दोए हम उथे साथ, मेरे पिता जी ते मेरे दो चाचे उस लड़ाई विच नाल सन। हुण ते सुन हम आखी बात, भाई रतन सिंह जी कहिंदे मैं अपने चाचियां कोलों भी सुनिया है, अपने पिता राय सिंह तों भी इह गल्लां सुणियां ने, और जिहड़े पुराने बजुर्ग वक्खो वक्ख थावां ते उथे लड़ रहे सन उन्हां ने जो जो अखां नाल देखिया है वो सारियां गल्लां मैनूं दसियां ते मैं तुहानूं खालसे पंथ नूं सुणा रिहा हां। घोड़े ऊंट की गिणती नाहे, घोड़े किन्ने क मरे सन सिंघां दे, ऊंट किन्ने क मरे सन, अबदाली दे किन्ने घोड़े दे ऊंट मरे सन, उहदी कोई गिणती नहीं है। सिखां दी गिणती दा अंदाजा 30,000 है। खालसे पंथ दे दो घल्लूघार, एक छोटा एक वड्डा। छोटा 1746 विच होया लखू लखपत राय दे नाल, ते वड्डा घल्लूघार 1762 5 फरवरी नूं होया। कहो घट कहो आखें ज्यादा, कोई घट भी दसदे ने कोई ज़्यादा दसते ने गिणती मरिया की, क्योंकि पक्की गिणती तो उदों किसी ने की नहीं किन्ने क मरे किन्ने क बचे, पर मेरे पिता जी की गिणती जो उन्होंने अखा नाल देखिया सी वो अंदाजा दसते ने 30,000 सिंह सिंघणियां बच्चे शहीद होए सन। इतनक हम पित कही मिर ज़्यादा, मेरे पिता राय सिंह जी ने अंदाजा दसिया है इतनक, कोई हो सकता 1,000-2,000 घट हो, 1,000-2,000 ज्यादा होण, पर 30 दे नेड़े पक्की गिणती अंदाजे दी है कि 30,000 सिख मारिया गया सी। दोहरा एक निहंग बुक तै कहो ऊचो बचन सुनाए, जिस वेले शाम दा टाइम होया लाशां दे ढेर लगे पए सन, 30 कूह दे विच लाशां खिलरियां होईयां सन, 30 कूह दे विच हाथी घोड़े ऊंठ मरे पए सन, बंदे मरे पए सन, अबदाली की फौज मरी पई सी। वो लाशां दियां ढेरियां दे विच एक निहंग सिंह जकारे गजा रहा सीगा, उची उची जकारे गजा के ते पल्लू फेर के जदों वो जकारे गजा रहा सी, किसी ने पुछया बाबा जी ये किहड़ी खुशी दे जकारे गजा रहे हो, तां उस सिंह ने उस निहंग सिंह ने इदां आख्या सी, तत खासे सो रहो गए सो खोट गवा, इन्नियां लाशां नूं वेख के कह रहा सी तत खालसा रह गया खोट निकल गई है, यानी उस जिहड़ी कसवट्टी सी जिवें सोने नूं कुठाली च पाईए ना, ते कुठाली दे विच पा के सोने नूं उबालदे आ कसवट्टी लांदे आ, उह जिहड़ी खोट हुंदी है उह सड़ सड़ के निकल जांदी है ते सोना जिहड़ा शुद्ध रह जांदा है। उह कह रहा सी कि तत खालसा रह गया खोट निकल गई है, हुण असीं अबदाली नूं देखांगे कित्थे भज के जाएगा। सरदार सबै जख्मी पै साबत रहो ना कोए, उस लड़ाई विच एक भी सिंह जथेदार सरदार जस्सा सिंह चढ़त सिंह जय सिंह सुधा सिंह और जिहड़े जिन्ने भी वड्डे वड्डे तारा सिंह केबा वह सारे नकइयां दे कन्हैया दे डल्ले वालियां दे आलू वालियां दे जिन्ने भी मुखी सिंह सन कोई शब्द नहीं बचा जिन्हों 2-4 फट ना लगे हो। हाँ जी लई शहीदी थी गणना गिनती सब ना हो, बड़े बड़े नामी सिंह उस जंग विच शहीदियां पा गए सन, उन्हां सारियां दियां गिणतियां कवि जी कहिंदे नहीं मिल सकियां, दस नहीं सकदे किहड़े किहड़े सिंह उत्थे शहीद होए सन। 30,000 शहीदियां होईयां सन जिन्हां च 10,000 गभरू लड़ाका सिंह शहीद होया सी, 20,000 बीबियां बच्चे ते बुढ़े शहीद होए सन। हाँ जी चौपाई जड़ सिंह जख्म गिने ना जाए, चढ़त सिंह नूं इन्ने जख्म लगे सन उहदे शरीर ते भी जदों उहदे जख्म गिणन लगे ते गिणती नहीं सी पूरी हुंदी भी किन्ने क जख्म लगे सन। तीर तलवार जो निजे खाए, तीरां दे जख्म सन तलवारां दे जख्म सन गोलियां दे शर्रे सन, गिने नहीं सी जांदे किन्ने नेजियां दे बरछियां दे तलवारां दे उहनूं फट लगे सन चढ़त सिंह सूकर चक्कीए नूं। भीम सैन जिम जित वल जुड़े, कहिंदे भीम सैन जिवें महाभारत दे युद्ध वल जिधर भी जांदा सी बिन लाए शस्त्र खाली ना मुड़े, ओह वैरी नूं मारिया मारे बिना वापस नहीं सी मुड़िया करदा महाभारत दे युद्ध विच। इदां ही बाबा चढ़त सिंह जी अबदाली नाल लड़दे होए जिधर जांदा सी दसां वीआं नूं मार के ही आउंदा सी। दोहरा
ते दिन ते चढ़ सिंह की पई सिंह मशहूर सकै जी। उस दिन तो खालसे पंथ में चढ़ सिंह की होर चढ़त हो गई। जसा सिंह नूं 22 फट लगे लिखे जाते हैं तो चढ़ सिंह नूं 19 फट गिने जाते हैं। वध घट का अंदाजा नहीं पर यह मुख तौर पर इन्नी गिणती उन्होंने जख्मां दी दसी। चढ़त सिंह की इन्नी ज्यादा मशहूरी हो गई पंथ विच। बचाए बहुत बहीरी चक चौको शरीर जरूर। उन्हें अपने शरीर से बड़े जख्म उठा के बड़े भारी मुसीबतों का सामना करदिया बड़िया रिस्क लिया कि बड़े औखे होकर वहीर नूं बचाने की कोशिश। चढ़त सिंह की सारी कोशिश रही कि जे वध तों वध बच्चों का बीबिया का बुढ़िया का बचा किया जाए, नुकसान ना होण दिता जाए। भावें उहदे वस तों बाहर की गल सी फिर भी उन्हें अपनी कोशिश जारी रखी ते बहुत सारा वहीर चढ़त सिंह बचा के लियाया। चौ पई सब बहीरिए तन तन आखै। उन्हें बचा के लियाया तो वहीर वाले कह रहे सन धन है चढ़त सिंह, धन है, धाने की माँ है, धाने का पिता है जिन्होंने इस बहादुर नू जन्म दिता है। हम जीवाए चढ़त सिंह पाख है। लोग गल करते कहते सानू तो चढ़त सिंह ने बचाया सी। जदों वो लोग जो बच्चे उस लड़ाई च बचे वह भी बुढ़े हो गए कहते सन कि सानू तो चढ़त सिंह ने बचाया सी। हाँ जी जो जीवा चढ़त सिंह जीवाए। जो बचे वो यही कहते रहे सानू तो चढ़त सिंह बचा के लियाया सी लड़ाई विच। यो बही सब आख दंजाए। इस तरह खालसे दी वहीर दे विच चर्चा चली आई कि चढ़त सिंह ना होंदा तो असी मारे जांदे। रल बहीरियों दया सीस। सास संगत जी बहीरियां ने असीसा दित्तियां। रल बहीरिए यो दे असीस जिन्हां दी जाना बचाईयां, जिन्हां मावां दे बच्चे बचाए, जिन्हां भैणां दे वीर बचाए। उन्हां भैणां ने उन्हां मावां ने अपने जरनैल चढ़त सिंह दे वास्ते अरदासां कीतियां कि हे कलगियां वाले पिता चढ़त सिंह दी सदा चढ़दी कला रवे। हाँ जी कोई सरदार है बिस्मह बीस। सिंघां ने बीबियां ने बच्चियां ने बुढ़िया ने दुनिया ने दुआवां दित्तियां चढ़त सिंह दी चढ़दी कला रवे, इहदी सरदारी होवे, इहदा राज भाग होवे, इहदी कुल दे विच प्रताप बनिया रवे। सर्व पंथ यह होए सरदार। खालसे पंथ दा सरदार बने, पंथ दी सरदारी इहनूं मिले। हां जी सब इस दिस देवे आसीस हजार। हजारां आसीसां लोकां ने दित्तियां। साध संगत जी जिहदे संगत दी आसीस हुंदी है उधर गुरु दी आसीस हुंदी है। जदों दुखी दिलों विचों कोई दुआ निकली ते गुरु पातशाह ने उह सुन ली। हाँ जी कौ कहे यह होई पातशाही। लोग कहिंदे कोई कहिंदा यह पातशाह बनेगा, चढ़त सिंह पंजाब दा मालक बनेगा, यह बादशाह बनेगा, राजा बनेगा। हाँ जी कौ कहे यह लाहौर पाए। कोई कहिंदा यह लाहौर दे सूब तख्त ते बैठेगा। कौ कहे यह मुल्तान। कोई कहिंदे यह मुल्तान दे सूबा बनेगा, मुल्तान दा मालक बनेगा। कोई कह कश्मीर और काबल कहते कश्मीर दा ते काबल दा बनेगा। लोग अपने अपने दिल दे विचों ये अरदासां कर रहे सन भी चढ़त सिंह लाहौर दा सूबेदार बने, दूजा कहिंदा मुल्तान दा बने, तीजा कहिंदा कश्मीर दा बने। इदां लोग दुआवां दिंदे सन। दिल्ली दक्कन पूर्व पहाड़। कई सिंह कहिंदे दिल्ली दा भी बादशाह बने ते दक्कन ते पूर्व ते पहाड़ दा भी बादशाह बने। यही लवे सब कुंटा चार। कुंटा दा बादशाह बने साडा चढ़त सिंह। ਅਸੀਸਾਂ ਸਾਧ ਸੰਗਤ ਜੀ ਉਸ ਪੰਥ ਖਾਲਸੇ ਨੇ ਦਿੱਤੀਆਂ। ਦੇਖੋ ਫਿਰ ਚੜ੍ਹਤ ਸਿੰਘ ਤਾਂ ਭਾਵੇਂ ਉਹ ਮੌਜ ਨਹੀਂ ਵੇਖ ਸਕਿਆ ਆਪਣੀਆਂ ਅੱਖਾਂ ਨਾਲ, ਪਰ ਉਹਦੇ ਪੋਤਰੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਉਹ ਅਸੀਸਾਂ ਦਾ ਆਨੰਦ ਮਾਣਿਆ ਕਿ ਲਾਹੌਰ, ਮੁਲਤਾਨ, ਪਸ਼ਾਵਰ, ਜੰਮੂ ਕਸ਼ਮੀਰ, ਤਿੱਬਤ ਦੀ ਹੱਦ, ਚੀਨ ਦੀ ਹੱਦ ਤੱਕ ਸਿੱਕਾ ਖਾਲਸੇ ਦਾ ਚੱਲਿਆ। ਔਰ ਅੰਗਰੇਜ਼ ਅਤੇ ਫਰਾਂਸੀਸੀ ਅਤੇ ਪੁਰਤਗਾਲੀ ਵਰਗੀਆਂ ਬਾਹਰਲੀਆਂ ਸਰਕਾਰਾਂ ਨੇ ਵੀ ਲਿਖ ਕੇ ਭੇਜਿਆ ਹੋਇਆ। ਅਜੇ ਵੀ ਲਾਹੌਰ ਦੇ ਤੋਸ਼ੇਖਾਨੇ 'ਚ ਉਹ ਲਿਖਤਾਂ ਪਈਆਂ ਨੇ ਜਿਨ੍ਹਾਂ 'ਤੇ ਉਹਨਾਂ ਨੇ ਲਿਖਿਆ ਹੋਇਆ ਵੀ ਖਾਲਸੇ ਵਰਗੀ ਸਰਕਾਰ ਸੰਸਾਰ ਵਿੱਚ ਕੋਈ ਨਹੀਂ। ਵੱਡੀ ਤਾਕਤ ਇਹ ਬਣਿਆ, ਇਹ ਉਹਨਾਂ ਲੋਕਾਂ ਦੀ ਦੁਆਵਾਂ ਸਨ, ਉਹਨਾਂ ਦੀਆਂ ਅਰਦਾਸਾਂ ਸਨ ਜਿਨ੍ਹਾਂ ਨੂੰ ਚੜ੍ਹਤ ਸਿੰਘ ਉਸ ਜੰਗ ਦੇ ਵਿੱਚ ਬਚਾ ਕੇ ਲਿਆਇਆ ਸੀ।
ਇਮ ਕਰ ਕਰੈ ਬਹੀਰ ਅਰਦਾਸ। ਬਹੀਰ ਦੇ ਲੋਕ ਅਰਦਾਸਾਂ ਕਰ ਰਹੇ ਸਨ, ਉਹ ਬਜ਼ੁਰਗ ਮਾਵਾਂ, ਉਹ ਭੈਣਾਂ, ਉਹ ਬੀਬੀਆਂ ਜਿਨ੍ਹਾਂ ਨੂੰ ਬਚਾ ਕੇ ਅਬਦਾਲੀ ਦੇ ਪੰਜੇ ਚੋਂ ਲਿਆਇਆ ਸੀ, ਉਹ ਕਹਿ ਰਹੇ ਸਨ ਕਿ ਚੜ੍ਹਤ ਸਿੰਘ ਦੀ ਜੈ ਜੈਕਾਰ ਹੋਵੇ। ਲੱਗੈ ਗਏ ਸਭ ਚੜ੍ਹ ਸਿੰਘ ਖਾਸ਼। ਚੜ੍ਹਤ ਸਿੰਘ ਦੇ ਨਾਲ ਸਭ ਜੁੜ ਗਏ, ਚੜ੍ਹਤ ਸਿੰਘ ਦੀ ਚੜ੍ਹਤ ਹੋ ਗਈ ਖਾਲਸੇ ਦੇ ਵਿੱਚ। ਦੋਹਰਾ ਜਿੱਧਰ ਚੜ੍ਹ ਸਿੰਘ ਚੜ੍ਹ ਤੁਰੈ ਸਭੀ ਸੋ ਤਿੱਧਰ ਜਾਏ। ਜਿੱਧਰ ਚੜ੍ਹਤ ਸਿੰਘ ਜਾਂਦਾ ਸੀ ਉੱਧਰ ਹੀ ਸਾਰੀ ਬਹੀਰ ਉਹਦੇ ਪਿੱਛੇ ਪਿੱਛੇ ਜਾਂਦੀ ਸੀ। ਖਾਲਸੇ ਦਾ ਚੱਲਦਾ ਬਹੀਰ ਉਹਦੇ ਪਿੱਛੇ ਪਿੱਛੇ ਚੱਲਦਾ ਚੱਲਦਾ ਗਹਿਲਾਂ ਦੇ ਇਲਾਕੇ ਤੱਕ ਜਾ ਪਹੁੰਚਿਆ, ਬਰਨਾਲੇ ਦੇ ਇਲਾਕੇ ਜਾ ਪਹੁੰਚਿਆ। ਆਦਰ ਸਭ ਖਾਲਸੋ ਕਰੈ ਜੁੱਧ ਫਤਿਹ ਸਭ। ਸਾਰਾ ਖਾਲਸਾ ਉਹਦਾ ਆਦਰ ਕਰਦਾ ਸੀ। ਚੜ੍ਹਤ ਸਿੰਘ ਦੀ ਚੜ੍ਹਤ ਹੋਈ ਖਾਲਸੇ ਦੇ ਵਿੱਚ ਵੱਡੇ ਘੱਲੂਘਾਰੇ ਤੋਂ ਬਾਅਦ। ਵੈਸੇ ਤਾਂ ਉਹ ਪਹਿਲਾਂ ਵੀ ਬਚਪਨ ਤੋਂ ਹੀ ਉਹ ਸਾਧ ਸੰਗਤ ਦੀ ਪੰਥ ਦੇ ਨਾਲ ਰਿਹਾ ਸੀਗਾ। ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਪਹਿਲੀ ਟੱਕਰ ਹੋਈ ਉਦੋਂ ਅਜੇ ਉਹਦੀ ਦਾੜ੍ਹੀ ਵੀ ਨਹੀਂ ਸੀ ਉਤਰੀ ਅਤੇ ਉਹ ਜਵਾਨ ਹੋਇਆ ਪੰਥ ਦੇ ਜੰਗਾਂ ਯੁੱਧਾਂ ਵਿੱਚ ਹੀ, ਅਤੇ ਲੜਦਾ 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 ਹੀ ਉਹ ਸ਼ਹੀਦ ਹੋਇਆ। ਐਸਾ ਉਹ ਮਹਾਂਬਲੀ ਯੋਧਾ ਸੀ। ਉਸ ਵੇਲੇ ਜਿੰਨੇ ਵੀ ਆਗੂ ਸਨ ਪੰਥ ਦੇ ਉਹਨਾਂ ਦੇ ਵਿੱਚ ਸਾਰਿਆਂ 'ਚ ਗੁਰਬਾਣੀ ਦਾ ਰੰਗ ਸੀਗਾ। ਕਦੀ ਭਾਈ ਕਾਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿੱਚੋਂ ਇਹਨਾਂ ਸਰਦਾਰਾਂ ਦੇ ਨਾਮ ਪੜ੍ਹਦੇ ਹਾਂ, ਪੰਥ ਪ੍ਰਕਾਸ਼ ਵਿੱਚੋਂ ਪੜ੍ਹਦੇ ਹਾਂ, ਪੁਰਾਤਨ ਹੋਰ ਗ੍ਰੰਥਾਂ 'ਚੋਂ ਲਤਗਿਆਨੀ ਗਿਆਨ ਸਿੰਘ ਜੀ ਦੇ ਤਵਾਰੀ ਗੁਰੂ ਖਾਲਸਾ 'ਚੋਂ ਪੜ੍ਹਦੇ ਹਾਂ। ਉੱਥੇ ਨਾਲ ਲਿਖਿਆ ਹੁੰਦਾ ਕਿ ਇਹ ਸਿੰਘ ਇੰਨਾ ਨਿਤਨੇਮੀ ਸੀ, ਇੰਨਾ ਭਜਨੀਕ ਸੀ, ਇਹ ਇੰਨਾ ਬਹਾਦਰ ਸੀ, ਇਹ ਧਰਮਵੀਰ ਸੀ। ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਜੈ ਸਿੰਘ ਕਨਈਆ, ਹਰੀ ਸਿੰਘ ਭੰਗੀ, ਇੱਕ ਤੋਂ ਇੱਕ ਚੜ੍ਹਦੇ ਯੋਧੇ ਪੰਥ ਖਾਲਸੇ ਦੇ ਸਨ। ਹਾਂਜੀ, ਚੌਪਈ ਸਭ ਖਾਲਸੇ ਮੈਂ ਆਦਰ ਪਾਵੈ। ਚੜ੍ਹਤ ਸਿੰਘ ਦੀ ਹਰ ਪਾਸੇ ਜੈ ਜੈਕਾਰ ਹੋ ਰਹੀ, ਸਾਰੇ ਖਾਲਸੇ 'ਚ ਆਦਰ ਸਨਮਾਨ ਹੁੰਦਾ ਸੀ। ਲਗੇ ਦੀਵਾਨ ਤੈਂ ਪਹਿਲੋਂ ਬੁਲਾਵੈ। ਜਿੱਥੇ ਖਾਲਸੇ ਦਾ ਦੀਵਾਨ ਸਜਦਾ ਸੀ, ਗੁਰਮਤਾ ਹੁੰਦਾ ਸੀ, ਚੜ੍ਹਤ ਸਿੰਘ ਨੂੰ ਪਹਿਲਾਂ ਬੁਲਾਉਂਦੇ ਸਨ। ਉਹਦੀ ਰਾਏ ਮੰਨੀ ਜਾਂਦੀ ਸੀ, ਜੋ ਪੰਥ ਨੂੰ ਉਹ ਸਲਾਹ ਦਿੰਦਾ ਸੀ ਬਾਕੀ ਪੰਥ ਉਹਦੀ ਸਲਾਹ ਮੰਨ ਲੈਂਦਾ ਸੀ। ਲੈਸ ਲਾਏ ਤੋਂ ਤਿਤ ਵੱਲ ਤਾਵੈ। ਜਿੱਧਰ ਉਹ ਸਲਾਹ ਦਿੰਦਾ ਸੀ ਸਾਰੇ ਸਿੰਘ ਉੱਧਰ ਤੁਰ ਪੈਂਦੇ ਸਨ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜਥੇਦਾਰ ਸਨ ਸਾਰੇ ਪੰਥ ਦੇ, ਔਰ ਬਾਕੀ ਸ਼ਾਮ ਸਿੰਘ ਨਾਰਲੇ ਵਾਲੇ ਵਰਗੇ ਜਰਨੈਲ ਅਤੇ ਜੈ ਸਿੰਘ ਕਨਈਆ ਸਾਰੇ ਹੀ ਇੱਕ ਦੂਜੀ ਦੇ ਨਾਲ ਸਹਿਮਤੀ। ਉਦੋਂ ਖਾਲਸੇ 'ਚ ਇਹ ਨਹੀਂ ਸੀ ਕਿ ਮੇਰੀ ਗੱਲ ਮੰਨੋ, ਦੂਜਾ ਕਵੇ ਮੇਰੀ ਮੰਨੋ। ਜੋ ਜਥੇਦਾਰ ਕਹੇ ਸੋ ਦਿੱਤਾ, ਸਗਲ ਪੰਥ ਮਾਨ ਸੋ ਲੇਤਾ। ਜੋ ਜਥੇਦਾਰ ਕਹਿ ਦਿੰਦਾ ਸੀ ਸਾਰਾ ਪੰਥ ਮੰਨ ਲੈਂਦਾ ਸੀ। ਹਾਂਜੀ, ਨਜ਼ਰਾਨਾ ਉਸੇ ਪਹਿਲੋਂ ਪਹੁੰਚਾਵੇ। ਜਦੋਂ ਸਾਧ ਸੰਗਤ ਜੀ ਕੋਈ ਮਾਮਲਾ ਇਕੱਠਾ ਕਰਕੇ ਲਿਆਉਂਦੇ ਸਨ, ਕੋਈ ਵੱਡਾ ਖਜ਼ਾਨਾ ਲੁੱਟਮਾਰ ਹੁੰਦੀ ਸੀ, ਚੜ੍ਹਤ ਸਿੰਘ ਦਾ ਹਿੱਸਾ ਪਹਿਲਾਂ ਕੱਢ ਦਿੰਦੇ ਸਨ, ਚੜ੍ਹਤ ਸਿੰਘ ਨੂੰ ਕੱਫੇ ਖੁੱਲ੍ਹੇ ਦਿੰਦੇ ਸਨ, ਕਿਉਂਕਿ ਉਹਦੇ ਨਾਲ ਫੌਜ ਬੜੀ ਸੀ। ਫੌਜ ਦੇ ਹਿਸਾਬ ਨਾਲ ਸਿੰਘਾਂ ਨੂੰ ਮਾਇਆ ਦੀ ਵੀ ਲੋੜ ਰਹਿੰਦੀ ਸੀ, ਅਤੇ ਉਹ ਖਰਚਾ ਜਿਹੜਾ ਸੀ ਚੜ੍ਹਤ ਸਿੰਘ ਦਾ ਹਿੱਸਾ ਉਹਨੂੰ ਮਿਲਦਾ ਸੀ। ਦੋਹਰਾ ਕੱਲੂ ਕਾਰੋ ਕਰਾਏ ਕੈ ਸਿੰਘ ਬੜੇ ਬਿਰਾੜਨ ਜਾਏ। ਬਹੁਤ ਵੱਡਾ ਭਾਰੀ ਕੱਲੂ ਕਾਰਾ ਹੋਇਆ, ਰਾਏਕੋਟ ਤੋਂ ਲੈ ਕਰਕੇ ਬਰਨਾਲੇ ਤੱਕ ਇਹ ਸਾਰਾ ਇਲਾਕਾ ਕਈ ਮੀਲਾਂ ਦੇ ਵਿੱਚ ਚੁੜਚੌੜੀ ਲੜਾਈ ਸੀ ਅਤੇ ਕਈ ਮੀਲਾਂ 'ਚ ਲੰਮੀ ਲੜਾਈ ਸੀ। ਥਾਂ ਥਾਂ ਲਾਸ਼ਾਂ ਖਿਲਰ ਗਈਆਂ, ਪੰਥ ਦਾ ਬਹੁਤ ਨੁਕਸਾਨ ਹੋਇਆ, 30,000 ਦੇ ਲਗਭਗ ਸਿੱਖ ਮਾਰੇ ਗਏ। ਸ਼ਾਮ ਨੂੰ ਸਾਧ ਸੰਗਤ ਜੀ ਸਿੰਘ ਬਰਨਾਲੇ ਦੇ ਇਲਾਕੇ 'ਚ ਅੱਗੇ ਬਰਾੜਾਂ ਦੇ ਇਲਾਕੇ 'ਚ ਜਾ ਵੜੇ। ਫੱਟੇ ਥੱਕੇ ਬਹਿਣ ਕੋ ਚਾਤ ਗੁਜਰ ਕਰਾਏ। ਟੁੱਟੇ ਸਨ, ਫੱਟੇ ਸਨ, ਥੱਕੇ ਸਨ, ਸੱਟਾਂ ਲੱਗੀਆਂ ਹੋਈਆਂ। ਕੋਈ ਸਿੱਖ ਸਿਪਾਹੀ ਨਹੀਂ ਸੀ ਜਿਹਨੂੰ 2-4 ਜ਼ਖਮ ਨਾ ਲੱਗੇ ਹੋਣ, ਕਈਆਂ ਨੂੰ 20-20 ਜ਼ਖਮ ਲੱਗੇ ਸਨ। ਜੱਸਾ ਸਿੰਘ ਆਲੂਵਾਲੀਏ ਨੂੰ 22 ਜ਼ਖਮ ਲੱਗੇ ਸਨ। ਉਹ ਇੰਨੀ ਮਾੜੀ ਹਾਲਤ ਵਿੱਚ, ਘੋੜੇ ਵੀ ਸਭ ਜ਼ਖਮੀ ਹੋਏ ਪਏ ਸਨ, ਅਤੇ ਬੱਚੇ ਬੀਬੀਆਂ ਬੁੱਢੇ ਵੀ ਬਿਮਾਰ ਵੀ ਨਾਲ ਸਨ, ਉਹਨਾਂ ਨੂੰ ਵੀ ਸਾਂਭਣਾ ਸੀ, ਆਪਣੀਆਂ ਵੀ ਜਾਨਾਂ ਬਚਾਉਣੀਆਂ ਸਨ। ਸਿੰਘ ਮਾਲਵੇ ਦੀ ਧਰਤੀ 'ਤੇ ਜਦੋਂ ਆ ਗਏ, ਸਿੰਘਨ ਬਰਾੜਨ ਕੀ ਜਿਵੇਂ ਸੁਣਾਓ ਬਿਗੜੀ ਬਾਤ। ਅੱਗੇ ਆ ਕੇ ਬਰਾੜਾਂ ਨਾਲ ਸਿੰਘਾਂ ਦੀ ਗੱਲ ਵਿਗੜ ਗਈ, ਉਹ ਕਿਵੇਂ ਵਿਗੜੀ ਉਹ ਵੀ ਦੱਸਦੇ ਹਨ। ਜਬ ਸਿੰਘ ਆਵੇ ਮਾਲਵੇ ਕਰ ਸਿੰਘਨ ਕੋ ਕਾਤ। ਜਦੋਂ ਸਿੰਘ ਪਿੰਡਾਂ ਵਿੱਚ ਆਉਂਦੇ ਸਨ, ਕੁਝ ਸਿੰਘ ਤਾਂ ਸਿਆਣੇ ਜਿਹੜੇ ਸਨ, ਬਾਬਾ ਆਲਾ ਸਿੰਘ ਜੀ ਇਹ ਵੀ ਬਰਾੜ ਵੰਸ਼ ਦੇ ਰਾਜੇ ਸਨ, ਅਤੇ ਕਈ ਹੋਰ ਵੀ ਸਨ,
जिहड़े बराड सिखां दी सेवा करिया करदे सन। दसवें पातशाह दे समें भी बराड़ां दे दो जथे बन गए। साहब श्री गुरु गोबिंद सिंह कलगीधर पातशाह जदों मालवे च आए तां 1400 सिंह बराड़ तनखाह ते भर्ती कीते महाराज ने। जदों तनखाह ते भर्ती कीते ते साध संगत जी महाराज जदों डल्ले दे इलाके च वड़न लगे ना तां बराड़ां ने घोड़े दी वाक फड़ ली। कहिंदे महाराज साडी तनखाह दे के जाओ। महाराज कहिंदे अग्गे चलो साबो कहिंदे इलाके च उत्थे तुहानूं तनखाह दे देंगे। कहते नहीं तुसीं उत्थे जा के सानू कुछ नहीं देना, सानू पता है हुणे दिओ इत्थे ही लैणी। दसवें पातशाह कहिंदे भाई असल ते खजाना खाली है हुण की दईए। कहिंदे नहीं तनखाह तां असीं इत्थे ही लैणी। महाराज घोड़ा रोक लिया। जदों घोड़ा रोक लिया पातशाह ने पत्थर जो तीर कढ के असमान वल चलाया बड़ी जबर जंग बरसात होई मीह पिया ते बराड़ भज के दरख्तों थले झाड़ियों च लुकते फिरन। महाराज अगे नहीं गए खड़े रहे। इन्हे नूं एक शाहूकार लुबाणा जिहा सिख बनिया होया ते आके कहिंदा महाराज जी मैं व्यापार कीता सी गुरु के खजाने लई माया अरदास कराणी है दसवंध देना है ले लो। है तो वह खजाना गुप्त सी महाराज के कोल आया। महाराज ने सारे नूं तनखावां वंडियां पर सतगुरु प्रीख्या पा दित्ती। कहण लगे भाई 1400 ते 1400 लैण ला के आई जाओ ते तनखाह ले जाओ। पर एक गल बचने है सिखी लैनी कि तनखाह लैनी। एक पासे जे ते कहिंदे तनखाह लैनी महाराज चुक के ढाल भर के दे दिंदे। जे कहिंदे सिखी लैनी पर सिखी कवे किहड़ा तनखाह प्यारी सीगी। 1400 ने तनखाह ली। एक भाई दान सिंह बराड़ जदों उहदी वारी आई महाराज कहिंदे दान सिंह तनखाह लैनी कि सिखी। कहिंदा जी सिखी लैनी है। महाराज बड़े खुश होए कहिण लगे दान सिंह तूं मालवे की सिखी रख ली। मां सिंह ने माझे की सिखी रख ली ते दान सिंह ने मालवे की सिखी रख ली। सो बराड़ां दे दो उदों ही दो धड़े बन गए। एक वो जिहड़े तनखाह लै गए एक वो जिहड़े सिखी लै गए। जिहड़े तां सन गुरु की सिखी वाले वह तां आए हुए सिंघां की सेवा करदे ते जिहड़े सन वो तनखाहां वाले वह आए गए सिंघां का घोड़ा समान जो होवे चुरा के लै जांदे। वह माझे चों सिंघ आए बेचारे थके टुटे मालवे च पिंडां दा मसीं भेद नहीं सी हुंदा ते उहनां नूं वह कहिंदे वी इत्थे आ क्यों गए ने। कहिंदे ये साढ़े घोड़िया इन्हें साढ़े पट्ठे डंगर इन्हों के घोड़े खा जाएंगे। वह सिंघां नूं फिर ना टिकट नहीं देंदे। चौपाई सिंघन को निज माल चुरावै सिंघ तां मुसीबत दे दिन कट्टण आए माझे चों ते मालवे दे बराड़ जिहड़े हन ਉਹ ਸਿੰਘਾਂ ਦੇ ਮਾਲ ਚੁਰਾਉਣ ਲੱਗ ਪਏ। ਸਿੰਘਨ ਪਰਦੇਸੀ ਤੱਕ ਖੋ ਖਾਵੇ ਪਰਦੇਸੀ ਸਮਝ ਕੇ ਸਿੱਖਾਂ ਨੂੰ ਘੂਰਨ ਲੱਗ ਪਏ। ਕਈ ਵਾਰੀ ਸਿੱਖਾਂ ਦੇ ਕੋਲ ਸਿੰਘਾਂ ਸਮਾਨ ਹੋਣਾ ਸਿੰਘ ਇਕੱਲੇ ਤੋਂ ਇਕੱਲੇ ਹੋਣੇ ਉਹਨਾਂ ਨੇ ਖੋ ਲੈਣਾ। ਹਾਂਜੀ ਸਿੰਘ ਸੋਣ ਤੇ ਟਲਤੇ ਜਾਹੇ ਸਿੰਘ ਉਹਨਾਂ ਨਾਲ ਟੁਟਾਲਾ ਕਰਦੇ। ਟਾਲਾ ਇਸ ਕਰਕੇ ਕਰਦੇ ਵੀ ਜਿਹਨਾਂ ਦੇ ਵਾਸ ਵਸਣਾ ਹੋਵੇ ਨਾ ਉਹਨਾਂ ਨਾਲ ਵਿਗਾੜੀ ਨਹੀਂ ਜਾਂਦੀ। ਵੀ ਅਸੀਂ ਤਾਂ ਇਹਨਾਂ ਦੇ ਪਿੰਡਾਂ 'ਚ ਟਾਈਮ ਕੱਟਣ ਆਏ ਹਾਂ, ਇਹਨਾਂ ਦੇ ਖੂਹਾਂ ਤੋਂ ਪਾਣੀ ਭਰਨਾ ਹੈ, ਇਹਨਾਂ ਦੇ ਖੇਤਾਂ 'ਚੋਂ ਪੱਠੇ ਚੁੱਕਣੇ ਨੇ, ਰੋਟੀ ਵੀ ਖਾਣੀ ਹੈ, ਅਤੇ ਆਪਾਂ ਇਹਨਾਂ ਨਾਲ ਲੜਾਂਗੇ ਅਤੇ ਇਹ ਸਾਨੂੰ ਇੱਥੇ ਟਿਕਣ ਨਹੀਂ ਦੇਣਗੇ। ਇਸ ਕਰਕੇ ਉਹ ਵਿਚਾਰੇ ਸਿੰਘ ਜਿਹੜੇ ਨੇ ਦਰ ਗੁਜ਼ਰ ਕਰਦੇ ਹਨ। ਦੂਰਾਂ ਦੇਸੀ ਸਿੰਘ ਕਰਾਹੇ ਦੂਰਾਂ ਦੇਸੀ ਸੋਚਦੇ ਆ ਵੀ ਟਾਈਮ ਤਾਂ ਕੱਟਣਾ ਹੀ ਹੈ ਨਾ, ਉੱਧਰ ਸਰਕਾਰ ਨਹੀਂ ਕੱਟਣ ਦਿੰਦੀ, ਇੱਧਰ ਇਹ ਲੋਕ ਸਾਨੂੰ ਨਹੀਂ ਟਿਕਣ ਦਿੰਦੇ, ਫਿਰ ਕਿੱਥੇ ਜਾਵਾਂਗੇ ਜੇ ਇੱਥੇ ਵੀ ਨਾ ਟਿਕੇ ਤਾਂ। ਹਾਂਜੀ ਹਮ ਆਵਤ ਹੈ ਇਨਕੇ ਘਰ ਅਸੀਂ ਇਹਨਾਂ ਦੇ ਘਰ ਆਉਂਦੇ ਹਾਂ, ਇਹ ਮਾਲਵੇ ਦੇ ਮਾਲਕ ਹਨ, ਇੱਥੋਂ ਦੇ ਵਸਿੰਦੇ ਹਨ। ਧੱਕਾ ਕਰਾਂਗੇ ਤੱਦੀ ਕਰਾਂਗੇ ਬਣਨੀ ਨੀ, ਕੱਲ ਨੂੰ ਸਾਨੂੰ ਵੜਨ ਨੀ ਦੇਣਗੇ ਪਿੰਡਾਂ ਵਿੱਚ। ਹੈ ਤੁਰਕਣ ਸੋ ਹਮਰੋ ਸਾਡਾ ਤੁਰਕਾਂ ਨਾਲ ਜੰਗ ਹੈ। ਇਹ ਤਾਂ ਚਲੋ ਭੋਲੇ ਲੋਕ ਇਹਨਾਂ ਨੂੰ ਪਤਾ ਨਹੀਂ ਵੀ ਸਾਡੀ ਲੜਾਈ ਦਾ ਮਕਸਦ ਕਿੱਡਾ ਵੱਡਾ ਹੈ। ਸਾਨੂੰ ਇਹਨਾਂ ਨਾਲ ਬਣਾ ਕੇ ਰੱਖਣੀ ਚਾਹੀਦੀ, ਇਹਨਾਂ ਨਾਲ ਵਿਗਾੜਨੀ ਨਹੀਂ ਚਾਹੀਦੀ। ਉਣਕੇ ਭਾਗ ਉਤੇ ਨਾ ਭੁੱਲੇ ਪਰ ਉਹਨਾਂ ਦੇ ਭਾਗ ਮਾੜੇ ਜਿਹੜੇ ਪੰਥ ਦੀ ਸੇਵਾ ਨਹੀਂ ਕਰਦੇ। ਨਾ ਤੇ ਸਤਿਗੁਰ ਕੇ ਕਹਿ ਚੱਲੇ ਇਹ ਨਾ ਸਤਿਗੁਰਾਂ ਦੇ ਕਹੇ ਚੱਲੇ। ਹਾਲਾਂਕਿ ਗੁਰੂ ਸਾਹਿਬ ਜੀ ਨੇ ਬੈਰਾੜ ਕੌਮ ਨੂੰ ਜਿੰਨਾ ਮਾਣ ਦਿੱਤਾ ਦਸਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਜਫਰਨਾਮ ਵਿੱਚ ਮਹਾਰਾਜ ਲਿਖਦੇ ਆ
औरंगजेब तू इत्थे दीने कांगड़ आ जा, तेनू इत्थे कोई खतरा नहीं। हमू कौम बैराड़ हुक्मे मरास्त, मेरी बैराड़ कौम मेरे हुक्म विच है। इन्ना माण सतगुरां ने दिता पर फिर भी तनखावां मंग लईआं, इस करके वह कहिंदे है ਵੀ ਸੱਚੇ ਪਾਤਸ਼ਾਹ ਤੋਂ ਨਹੀਂ ਟਲੇ ਤਾਂ ਸਾਨੂੰ ਇਹ ਕੀ ਸਮਝਣਗੇ। ਸਤਿਗੁਰ ਫਿਟਕ ਦਈ ਬੁੱਧ ਮਾਰ, ਮਹਾਰਾਜ ਨੇ ਜਦੋਂ ਇਹਨਾਂ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ, ਫਿਟਕ ਦੇ ਦਿੱਤੀ, ਬੁੱਧ ਮਾਰੀ ਗਈ। ਆਈ ਹੋਣੀ ਉਹਨ ਕਰਨ ਖੁਆ, ਹੋਣੀ ਇਹਨਾਂ ਦੇ ਸਿਰ ਤੇ ਆਈ ਹੋਈ ਹੈ ਖੁਆਰ ਕਰਨ ਵਾਸਤੇ। ਕਿਸੈ ਸਿੰਘੀ ਤ੍ਰਿਆ ਤਕਾਵੈ, ਸਾਧ ਸੰਗਤ ਜੀ ਜੋ ਬਰਾੜ ਜਿਹੜੇ ਗੁਰੂ ਘਰ ਨੂੰ ਨਹੀਂ ਮੰਨਦੇ ਸਨ, ਸਿੱਖੀ ਤੋਂ ਦੂਰ ਸਨ, ਉਹਨਾਂ ਨੇ ਮਾਲਵੇ ਵਿੱਚ ਵੀ ਸਿੱਖਾਂ ਨਾਲ ਵਾਧੇ ਕੀਤੇ, ਬਹੁਤ ਜ਼ਿਆਦਾ ਵਾਧੇ ਕੀਤੇ, ਜਿਸ ਕਰਕੇ ਮਾਲਵੇ ਵਿੱਚ ਵੀ ਸਿੱਖਾਂ ਦਾ ਰਹਿਣਾ ਮੁਸ਼ਕਲ ਹੋ ਗਿਆ। ਹਾਲਾਂਕਿ ਸਰਦਾਰ ਆਲਾ ਸਿੰਘ ਜੀ ਬਰਾੜ ਉਹ ਸਿੱਖਾਂ ਦੇ ਨਾਲ ਮਦਦ ਕਰਦੇ ਸਨ, ਲੱਗਦੇ ਬਸ ਸਿੰਘਾਂ ਦੀ ਸੇਵਾ ਵੀ ਕਰਦੇ ਸਨ ਲੰਗਰ ਪ੍ਰਸ਼ਾਦੇ ਦੀ, ਪਰ ਪਿੰਡਾਂ ਦੀ ਲੋਕ ਪਬਲਿਕ ਨੂੰ ਕੌਣ ਸਮਝਾਵੇ? ਪਿੰਡਾਂ ਦੇ ਲੋਕਾਂ ਨੂੰ ਜਿਹੜੀ ਆਮ ਲੋਕ ਜਨਤਾ ਹੁੰਦੀ ਹੈ, ਉਹਨਾਂ ਦੀ ਸੋਚ ਜਿਹੜੀ ਹੁੰਦੀ ਆ ਉਹ ਥੋੜ੍ਹੀ ਸੀਮਤ ਹੀ ਹੁੰਦੀ, ਸਾਰਿਆਂ ਦੀ ਸੋਚ ਵੱਡੀ ਨਹੀਂ ਹੁੰਦੀ। ਕੋਈ ਵੀ ਮੂਵਮੈਂਟ ਹੈ, ਕੋਈ ਵੀ ਲੜਾਈ ਹੈ, ਜਦੋਂ ਕੋਈ ਕੌਮ ਕਿਸੇ ਵੱਡੇ ਮਕਸਦ ਨੂੰ ਤੁਰਦੀ ਹੈ ਤਾਂ ਉਹਦੇ ਵਿੱਚੋਂ ਜਿਹੜੇ ਹਨ 10-20% ਉਸ ਮਕਸਦ ਨੂੰ ਸਮਝਣ ਵਾਲੇ ਹੁੰਦੇ ਆ ਅਤੇ 90% ਭੰਡੀ ਕਰਨ ਵਾਲੇ ਹੁੰਦੇ ਆ। ਉਹ ਸਮਾਂ ਐਸਾ ਸੀ ਜਦੋਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਸਨ। ਜੇ ਦੇਖਿਆ ਜਾਵੇ ਅਬਦਾਲੀ 7 ਬਗਾਨਾ ਸੀ, ਉਹ ਦੂਰੋਂ ਆਉਂਦਾ ਸੀ, ਸਾਰਿਆਂ ਨੂੰ ਲੁੱਟਦਾ ਸੀ, ਇਕੱਲਾ ਸਿੱਖਾਂ ਨੂੰ ਥੋੜ੍ਹਾ ਲੁੱਟਦਾ ਸੀ, ਅਬਦਾਲੀ ਹਿੰਦੂਆਂ ਨੂੰ ਵੀ ਲੁੱਟਦਾ ਸੀ, ਅਬਦਾਲੀ ਮੁਸਲਮਾਨਾਂ ਨੂੰ ਵੀ ਲੁੱਟਦਾ ਸੀ, ਪੰਜਾਬ ਦੇ ਕੋਈ ਬੰਦੇ ਨੂੰ ਨਹੀਂ, ਉਹ ਤਾਂ ਦਿੱਲੀ ਦੇ ਮੁਗਲ ਬਾਦਸ਼ਾਹ ਨੂੰ ਨਹੀਂ ਸੀ ਛੱਡਦਾ, ਉਹਨੂੰ ਵੀ ਲੁੱਟ ਕੇ ਲੈਂਦਾ ਸੀ। ਅਤੇ ਫਿਰ ਵੀ ਇਹ ਲੋਕ ਜਿਹੜੇ ਨੇ ਅਬਦਾਲੀ ਦੇ ਪੱਖ ਵਿੱਚ ਖਲੋ ਜਾਂਦੇ ਅਤੇ ਸਿੱਖਾਂ ਨੂੰ ਮਾਰਨ ਡੇ ਪੈਂਦੇ। ਇੱਥੋਂ ਇਹ ਭਾਈ ਰਤਨ ਸਿੰਘ ਜੀ ਲਿਖ ਰਹੇ ਆ, ਇਹੋ ਜਿਹੀ ਵਰਤਾਰਾ ਬਣਿਆ ਹੋਇਆ। ਬੁਲਾਵੇ ਸਿੰਘ ਲੈ ਅੱਧੋ ਨਾਮ, ਸਿੰਘਾਂ ਦੇ ਅੱਧੇ ਨਾਂ ਲੈ ਕੇ ਬੁਲਾਇਆ ਕਰਨਾ, ਬਾਬੇ ਜੱਸਾ ਸਿੰਘ ਵਰਗਿਆਂ ਨੂੰ ਜੱਸਾ ਕਹਿ ਕੇ ਬੁਲਾਉਣਾ, ਅਤੇ ਫਿਰ ਉਹਨਾਂ ਨੂੰ ਦੁੱਖ ਤਾਂ ਲੱਗਦਾ ਹੀ ਸਿੰਘਾਂ ਨੂੰ ਵੀ ਬੜਾ ਮਾੜਾ ਕੰਮ ਹੈ, ਅਸੀਂ ਤਾਂ ਆਪਣੇ ਭਰਾ ਸਮਝ ਕੇ ਆਏ ਵੀ ਚਲੋ ਸਾਡੇ ਦੇਸ਼ ਭਾਈ ਹਨ, ਅਸੀਂ ਵੀ ਗੁਰੂ ਨੂੰ ਮੰਨਦੇ ਹਾਂ, ਇਹ ਵੀ ਗੁਰੂ ਨੂੰ ਮੰਨਦੇ ਹੈ, ਪਰ ਉਹ ਨਹੀਂ ਮੰਨਦੇ। ਕਹਿ ਛੱਡੋ ਤੁਮ ਹਮਰੋ ਗਾਮ, 2-4 ਦਿਨ ਸਿੱਖ ਰਹੇ, 2-4 ਦਿਨ ਬਾਅਦ ਬਰਾੜਾ ਨੇ ਕਹਿਣਾ ਛੱਡ ਸਾਡਾ ਪਿੰਡ ਛੱਡੋ ਬਈ, ਤੁਸੀਂ ਤਾਂ ਪੱਕਾ ਡੇਰਾ ਲਾ ਕੇ ਬਹਿ ਗਏ, ਇੱਥੇ ਕੀ ਕਰੋਗੇ, ਜਾਓ ਅੱਗੇ। ਉਹ ਫਿਰ ਸਿੰਘ ਤੰਗ ਆ ਕੇ ਅਗਲੇ ਪਿੰਡ ਜਾਂਦੇ, ਅਗਲੇ ਪਿੰਡ ਵੀ ਉਹੀ ਹਾਲ, ਮਾਲਵੇ ਦੇ ਵਿੱਚ ਵੀ ਸਿੱਖਾਂ ਨੂੰ ਬਹੁਤ ਜ਼ਿਆਦਾ ਦੁਰਦਸ਼ਾ ਸਹਿਣੀ ਪਈ। ਵੱਡੇ ਘੱਲੂ ਘਾਰੇ ਦੀ ਇੱਕ ਕਥਾ, ਪਾਰੇ ਦੀ ਇੱਕ